ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਾਹਿਬ ਅੰਗ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੇ ਸਚ ਨਾਨਕ ਹੋਸੀ ਭੀ ਸੱਚ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ ਕਹੈ ਨਾਨਕ ਸੱਚ ਸੁਹਿਲਾ ਸਚੈ ਕਰ ਗਾਵਹਿ ਹਮ ਅਵਗੁਣ ਭਰੇਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਹੀ ਮਾਇਆ ਮੋਹ ਪਰਮ ਬੈ ਭੁੱਲੇ ਸੁਤ ਦਰਸੁ ਪ੍ਰੀਤ ਲਗਾਏ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਏ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਇ ਸੋਹ ਕੋ ਟਲ ਗੁਰ ਸੇਵੀਐ ਐਹਨ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਵ ਤਖ ਸੰਮਦੀ ਨੁਰ ਅਰ ਸੋ ਕੁਰ ਸੋ ਝਟੀਐ ਹੈ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ ਸਾਹੋ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈਨੀ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜਹੁ ਨਿਤ ਸੇਵਹੁ ਦਿਨਸ ਸਭ ਰਹਿਣੀ ਖੱਤਰੀ ਬ੍ਰਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈਨੀ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜਹੁ ਨਿਤ ਸੇਵਹੁ ਦਿਨਸ ਸਭ ਰਹਿਣੀ ਹਰ ਜਨ ਦੇਖੋ ਸਤਿਗੁਰ ਨੈਣੀ ਜੋ ਇੱਛੋ
सोई फल पावहो। हर बोलहो गुरमत बैनी रहाओ। अनक उपाव चित भी यह बहुत तेरे सा हो वै बात जे बात होवैनी। अपना भला सब कोई बांछ सो करे जे मेरे चितना चितैनी। मन की मत त्याग हो हर जन एह बात कठैनी। अन दिन हर हर नाम त्याव हो गुर सत गुर की मत लैनी। मत सुमत तेरे वस स्वामी हम जंत तू पुरख जतैनी। जन नानक के प्रभ करते स्वामी ज्यों पावे तिवै बुलैनी। मत सुमत तेरे वस स्वामी हम संत तू पुरख जतैनी। जन नानक के प्रभ करते स्वामी ज्यों पावे तिवै बुलैनी। वाहेगुरु जी का खालसा वाहेगुरु जी की फतेह। गुरु प्यारी गुरु सवारी गुरु खालसा साध संगत जी धन धन साहब श्री गुरु ग्रंथ साहिब जी का हुक्म नामा अमृत वेले का चौथे पातशाह धन गुरु रामदास महाराज जी का है। मन बिरतियां एकाग्र करके मन नूं सुनन वाले पासे ला के आपां सारे ही धन साहिब श्री गुरु ग्रंथ साहिब महाराज जी का हुक्म सरवन करिए। बिलावल महला चौथा। धन गुरु ग्रंथ साहिब जी दस रहे ने बिलावल राग का ये शब्द है। चौथे पातशाह धन गुरु रामदास महाराज सोढ़ी सुल्तान का धन गुरु ग्रंथ साहिब जी दे अंग 800 ते सुभाए मान है ये शब्द। सतगुरां ने अपने जिगरे दे विच इस शब्द नूं धन गुरु ग्रंथ साहिब जी ने संभालिया है। वह पवित्र बोल पवित्र गुरुआं दे बोल ते धन गुरु रामदास महाराज बिलावल राग दे विच इस शब्द उचारण करते ने। खत्तरी ब्रह्मन सूद वैस को जापै हर मंत्र जपैनी। गुरु रामदास महाराज दस रहे ने कोई खत्तरी होवे
ਅਤੇ ਚਾਹੇ ਕੋਈ ਬ੍ਰਹਮਣ ਹੋਵੇ ਅਤੇ ਭਾਵੇਂ ਸ਼ੂਦਰ ਹੋਵੇ ਅਤੇ ਵੈਸ ਭਾਵੇਂ ਕੋਈ ਕਿਸਾਨ ਹੋਵੇ। ਸਤਿਗੁਰ ਜੀ ਕਹਿ ਰਹੇ ਨੇ ਹਰੇਕ ਸ਼੍ਰੇਣੀ ਦੇ ਮਨੁੱਖ ਨੂੰ, ਜੋ ਮਨੁੱਖ ਜੂਨੀ ਦੇ ਵਿੱਚ, ਹਰੇਕ ਸ਼੍ਰੇਣੀ ਦੇ ਕੀ, ਜੋ ਮਨੁੱਖ ਜੂਨੀ ਦੇ ਵਿੱਚ, ਉਹ ਭਾਵੇਂ ਔਰਤ ਹੈ ਅਤੇ ਭਾਵੇਂ ਮਨੁੱਖ ਹੈ, ਅਤੇ ਦੋ ਹੀ ਹੈ, ਮਨੁੱਖ ਅਤੇ ਔਰਤ ਨੇ ਮਨੁੱਖ ਜੂਨੀ ਦੇ ਵਿੱਚ। ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਭਾਵੇਂ ਉਹ ਖੱਤਰੀਆਂ ਵਿੱਚੋਂ ਹੈ, ਵਿਦਵਾਨਾਂ ਵਿਦਵਾਨ ਬ੍ਰਹਮਣਾਂ ਨੂੰ ਪੰਡਿਤਾਂ ਨੂੰ ਕਹਿੰਦੇ ਨੇ, ਕਿਸਾਨ ਕਿਸਾਨਾਂ ਵਿੱਚੋਂ ਜ਼ਿਮੀਂਦਾਰਾਂ ਵਿੱਚੋਂ ਵੀ ਹੋਵੇ, ਭਾਵੇਂ ਸ਼ੂਦਰਾਂ ਛੋਟੀ ਜਾਤ ਵਿੱਚੋਂ ਵੀ ਭਾਵੇਂ ਕੋਈ ਮਨੁੱਖ ਹੋਵੇ। ਕੋ ਜਾਪੈ ਮਹਾਰਾਜ ਕਹਿੰਦੇ ਜਿਹੜਾ ਜਪੇਗਾ ਹਰ ਮੰਤਰ ਜਪੈਂਦੇ, ਗੁਰੂ ਦਾ ਦਿੱਤਾ ਹੋਇਆ ਮੰਤਰ ਜਿਹੜਾ ਜਪੇਗਾ, ਜਪਣ ਦਾ ਮਤਲਬ ਹੈ ਵਾਰ ਵਾਰ ਉਹਨੂੰ ਦਿਮਾਗ ਵਿੱਚ ਰੱਖਣਾ, ਇਹਨੂੰ ਜਪਣਾ ਕਹਿੰਦੇ ਨੇ, ਵਾਰ ਵਾਰ ਉਸਦੀ ਯਾਦ ਰੱਖਣੀ ਮੰਤਰ, ਉਹ ਮੰਤਰ ਮਹਾਂਮੰਤਰ ਜਿਸ ਨਾਲ ਪ੍ਰਭੂ ਯਾਦ ਆਉਂਦਾ, ਪ੍ਰਭੂ ਪ੍ਰਗਟ ਹੁੰਦਾ। ਮਹਾਰਾਜ ਕਹਿੰਦੇ ਇਹ ਗਿਆਨ ਇਕੱਲਾ ਸਿੱਖਾਂ ਵਾਸਤੇ ਨਹੀਂ, ਇਹ ਗਿਆਨ ਹਰ ਮਨੁੱਖ ਦੇ ਲਈ ਹੈ, ਪਰ ਸ਼ਰਤ ਇੱਥੇ ਇਹ ਲਾਈ ਹੈ ਸਿੱਖਿਆ ਸਿੱਖ ਬਣ ਕੇ ਜਾਂਦਾ, ਇਹ ਗਿਆਨ ਸਿੱਖ ਬਣ ਕੇ ਲਿਆ ਜਾਂਦਾ। ਤਾਂ ਹੀ ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਗੁਰਸਿੱਖ ਦਾ ਨਾਮ ਰੱਖਿਆ ਸਿੱਖ, ਗੁਰੂ ਤੋਂ ਹਰ ਗੱਲ ਸਿੱਖ, ਗੁਰੂ ਤੋਂ ਹਰ ਬਾਤ ਸਿੱਖ, ਉਹ ਬਾਤ ਸਿੱਖ ਜਿਹੜੀ ਤੈਨੂੰ ਨਹੀਂ ਆਉਂਦੀ, ਭਗਵਾਨ ਦੀ ਨੌਲੇਜ ਸਿੱਖ। ਅਤੇ ਮਹਾਰਾਜ ਕਹਿੰਦੇ ਨੇ ਕੋਈ ਵੀ ਇਹ ਚਾਰਾਂ ਦੇ ਵਿੱਚੋਂ ਦਰਬਾਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਖੁੱਲ੍ਹੇ ਨੇ, ਕੋਈ ਆ ਜਾਵੇ, ਕੋਈ ਗਾਵੇ, ਕੋ ਸੁਣੇ, ਕੋ ਕਰੇ ਵਿਚਾਰ, ਇੱਥੇ ਕੋਈ ਮਨਾਹੀ ਨਹੀਂ ਹੈ। ਇਹ ਨਹੀਂ ਕਿ ਗੁਰੂ ਨਾਨਕ ਦੇਵ ਜੀ ਮੁਸਲਮਾਨਾਂ ਦੇ ਮਤਾਂ 'ਤੇ ਨਹੀਂ ਗਏ, ਗਏ ਨੇ, ਮਨਾਹੀ ਨਹੀਂ ਹੈ, ਗਏ ਨੇ, ਪਰ ਉੱਥੇ ਜਾ ਕੇ ਜੋ ਉਹਨਾਂ ਨੇ ਗਿਆਨ ਦਿੱਤਾ ਉਹ ਆਪਣੇ ਗੁਰੂ ਦਾ, ਗੁਰੂ ਗਿਆਨ। ਅਤੇ ਮਹਾਰਾਜ ਕਹਿੰਦੇ ਨੇ ਗੁਰ ਸਤਿਗੁਰ ਪਾਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵਹੁ ਦਿਨ ਸਭ ਰਹਿਣੀ। ਮਹਾਰਾਜ ਕਹਿੰਦੇ ਧਿਆਨ ਦੇ ਨਾਲ ਗੁਰੂ ਨੂੰ, ਸਤਿਗੁਰੂ ਨੂੰ ਪਾਰ ਬ੍ਰਹਮ ਦਾ ਦਰਜਾ ਦੇ ਕੇ ਪੂਜੋ, ਪੂਜਾ ਜੇ ਕਰਨੀ ਹੈ, ਹਰ ਕੋਈ ਪੂਜਾ ਕਰਨਾ ਚਾਹੁੰਦਾ, ਪਰ ਗੁਰੂ ਜੀ ਕਹਿੰਦੇ ਨੇ ਹੇ ਸੰਤ ਜਨੋ, ਪਰਮਾਤਮਾ ਨੂੰ ਯਾਦ ਕਰਨ ਵਾਲਿਓ, ਗੁਰੂ ਦੇ ਦੀਦਾਰ ਕਰਨ ਵਾਲਿਓ, ਗੁਰੂ ਦਾ ਗਿਆਨ ਲੈਣ ਵਾਲਿਓ, ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ, ਦੂਜੇ ਪਰਮਾਤਮਾ ਦੀ ਆਸ ਨਹੀਂ ਰੱਖਣੀ। ਜਿਹੜਾ ਦੂਜੇ ਦੀ ਆਸ ਰੱਖੇ ਅੱਖਾਂ ਵਿੱਚੇ ਬਾਈ ਹੋਰ ਆਏਗਾ ਕਿਧਰੋਂ, ਨਾ, ਸਤਿਗੁਰ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਪੂਜੋ। ਅਤੇ ਮਹਾਰਾਜ ਕਹਿੰਦੇ ਇੱਕ ਦਿਨ ਦਾ ਕੰਮ ਨਹੀਂ, ਨਿੱਤ ਸੇਵੋ ਦਿਨ ਸਭ ਰਹਿਣੀ, ਦਿਨ ਅਤੇ ਰਾਤ, ਅਤੇ ਦੋ ਹੀ ਚੀਜ਼ਾਂ ਮਨੁੱਖ ਨੇ ਦਿੱਤੀਆਂ ਨੇ, ਦਿਨ ਅਤੇ ਰਾਤ, ਚੌਥਾ ਸਮਾਂ ਹੀ ਨਹੀਂ ਦਿੱਤਾ, ਤੀਸਰਾ ਸਮਾਂ ਨਹੀਂ ਦਿੱਤਾ ਹੈ, ਦਿਨ ਅਤੇ ਰਾਤ ਇਹ ਸਮਾਂ ਹੈ ਮਨੁੱਖ ਦੇ ਕੋਲ। ਅਤੇ ਐਸੀ ਚੀਜ਼ ਨੂੰ ਦਿਨ ਰਾਤ ਮਹਾਰਾਜ ਕਹਿੰਦੇ ਨੇ ਯਾਦ ਕਰ, ਪੜ ਉਸਨੂੰ। ਅਤੇ ਕਈ ਵਾਰੀ ਖਿਆਲ ਆਉਂਦਾ ਗੁਰੂ ਜੀ ਬੜੀ ਬਾਣੀ ਪੜ੍ਹਦੇ ਹੋਣੇ ਨੇ,
ਭਾਈ ਲਹਿਣਾ ਜੀ ਵੀ ਨੇ ਵੀ ਸਿੱਖੀ ਹੋਣੀ ਹੈ ਬਾਣੀ। ਜਦੋਂ ਮਹਾਰਾਜ ਦੇ ਕੋਲ ਪਹਿਲੀ ਵਾਰੀ ਗਏ ਹੋਣੇ ਨੇ, ਜਪਜੀ ਸਾਹਿਬ ਦਾ ਪਾਠ ਧੰਨ ਗੁਰੂ ਨਾਨਕ ਦੇਵ ਜੀ ਨੇ ਸਿਖਾ ਦਿੱਤਾ ਹੋਣਾ ਅਤੇ ਸਿੱਖ ਲਿਆ ਸੀ ਉਹਨਾਂ ਨੇ, ਕਿਉਂਕਿ ਤਾਂ ਹੀ ਸਿੱਖ ਬਣਿਆ। ਬਾਣੀ ਨੂੰ ਸਿੱਖਣਾ, ਇਕੱਲਾ ਕਿਰਪਾਨ ਪਾ ਲੈਣੀ ਸਿੱਖ ਨਹੀਂ ਬਣਨਾ, ਬਾਣੀ ਸਾਰੀ ਸਿੱਖ ਲੈਣੀ, ਉਹਨੂੰ ਕਹਿੰਦੇ ਨੇ ਸਿੱਖ। ਠੀਕ ਹੈ, ਫੌਜ ਤਿਆਰ ਹੋਣੀ ਚਾਹੀਦੀ ਹੈ, ਅਕਾਲ ਪੁਰਖ ਦੀ ਫੌਜ, ਪਰ ਅਕਾਲ ਪੁਰਖ ਦੇ ਬਾਰੇ ਨੌਲੇਜ ਵੀ ਹੋਣੀ ਚਾਹੀਦੀ ਹੈ ਕਿ ਜਿਹੜਾ ਸਾਡਾ ਮਾਲਕ ਕੌਣ ਹੈ, ਉਸ ਦੇ ਬਾਰੇ ਨੌਲੇਜ ਹੋਣੀ ਚਾਹੀਦੀ। ਫੌਜੀ ਫੌਜ ਵਿੱਚ ਭਰਤੀ ਹੁੰਦੇ ਨੇ, ਉਹਨਾਂ ਨੂੰ ਪਤਾ ਸਾਡਾ ਲੀਡਰ ਵੱਡਾ ਕੌਣ ਹੈ, ਜਿਹਦੇ ਹੁਕਮ ਵਿੱਚ ਇਹ ਫੌਜੀਆਂ ਦੀ ਕਾਰ ਚੱਲਦੀ ਹੈ। ਅਤੇ ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਦੀ, ਅਕਾਲ ਪੁਰਖ ਪਰਮਾਤਮਾ ਜਿਹਦਾ ਪ੍ਰਕਾਸ਼ ਹਰ ਜਗ੍ਹਾ ਰਹਿੰਦਾ, ਪਰ ਇਹ ਸਤਿਗੁਰੂ ਜੀ ਕਹਿੰਦੇ ਨੇ ਪਾਰ ਬ੍ਰਹਮ, ਆਪਣੇ ਗੁਰੂ ਨੂੰ ਪਾਰ ਬ੍ਰਹਮ ਦਾ ਦਰਜਾ ਦੇ ਕੇ ਪੂਜ ਕੇ ਵੇਖੋ, ਕੋਈ ਵੀ ਪੂਜ ਸਕਦਾ। ਮਹਾਰਾਜ ਕਹਿੰਦੇ ਹਰ ਜਨ ਦੇਖੋ ਸਤਿਗੁਰ ਨੈਣੀ, ਰਹਾਉ ਦੀ ਪੰਗਤੀ ਵਿੱਚ ਮਹਾਰਾਜ ਦੱਸ ਰਹੇ ਨੇ ਕਿ ਹਰੀ ਦੇ ਜਨੋ, ਹਰੀ ਦੇ ਚਾਹਵਾਨ, ਪਰਮਾਤਮਾ ਦੇ ਦੀਦਾਰ, ਵਾਹਿਗੁਰੂ ਦੇ ਦੀਦਾਰ ਕਰਨ ਵਾਲਿਓ, ਵੇਖੋ ਸਤਿਗੁਰੂ, ਅੱਖਾਂ ਖੋਲ੍ਹ ਕੇ ਵੇਖੋ ਆਪਣਾ ਸਤਿਗੁਰੂ, ਅੱਖਾਂ ਖੋਲ੍ਹ ਕੇ ਇਸ ਨੂੰ ਸੁਣੋ, ਅੱਖਾਂ ਖੋਲ੍ਹ ਕੇ ਇਸ ਨੂੰ ਪੜ੍ਹੋ, ਕੰਨ ਧਿਆਨ ਦੇ ਨਾਲ ਲਾ ਕੇ ਇਸ ਨੂੰ ਸੁਣੋ। ਹਰ ਜਨ ਦੇਖੋ ਸਤਿਗੁਰ ਨੈਣੀ, ਆਪਦੀ ਅੱਖਾਂ ਦੇ ਨਾਲ ਤੋਂ ਇਸ ਨੂੰ ਧਿਆਨ ਦੇ ਨਾਲ ਵੇਖ, ਕੀ ਹੈ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪਾਰ ਬ੍ਰਹਮ ਦਾ ਦਰਜਾ ਬਾਣੀ ਨੂੰ ਮਿਲਿਆ, ਇਸ ਦੀ ਪੂਜਾ ਦਾ ਮਤਲਬ ਹੈ ਇਸ ਦਾ ਗਿਆਨ ਪੜ੍ਹਨਾ ਸੁਣਨਾ। ਜਿਹੜੀ ਬਾਣੀ ਨਹੀਂ ਆਉਣੀ ਉਹ ਸਿੱਖ ਲਓ, ਸਿੱਖੀ ਹੈ, ਸਿੱਖਣ ਵਾਲਿਆਂ ਨੇ ਸਿੱਖੀ ਹੈ। ਅਤੇ ਮਹਾਰਾਜ ਅੱਖਾਂ ਖੋਲ੍ਹ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਸਤਿਗੁਰਾਂ ਨੂੰ ਪੜ੍ਹਿਆ ਕਰੋ, ਵੇਖਿਆ ਕਰੋ, ਦੇਖਿਆ ਕਰੋ, ਸੁਣਿਆ ਕਰੋ, ਫਿਰ ਹੋਏਗਾ ਕਿ ਜਦੋਂ ਤੁਸੀਂ ਅੱਖਾਂ ਖੋਲ੍ਹ ਕੇ ਆਪਣੇ ਗੁਰੂ ਦਾ ਗਿਆਨ ਪੜ੍ਹੋਗੇ, ਗੁਰੂ ਦਾ ਗਿਆਨ ਸੁਣੋਗੇ। ਮਹਾਰਾਜ ਕਹਿੰਦੇ ਜੋ ਇੱਛੋ ਸੋਈ ਫਲ ਪਾਵਹੋ, ਜੋ ਤੁਸੀਂ ਇੱਛਾ ਕਰੋਗੇ, ਜ਼ਬਾਨ ਪਤਾ ਨਹੀਂ ਬੋਲੇ ਕਿ ਨਾ ਬੋਲੇ, ਜ਼ਬਾਨ ਨੇ ਬੋਲਣ ਲੱਗਿਆ ਟਾਈਮ ਲਾਉਣਾ, ਅੰਦਰ ਇੱਛਾ ਇੱਕ ਸਕਿੰਟ ਤੋਂ ਪਹਿਲਾਂ ਆ ਜਾਂਦੀ ਹੈ ਆਪਣੇ ਅੰਦਰ। ਇੱਛਾ ਜਿਹੜੀ ਹੁੰਦੀ ਹੈ ਨਾ, ਆਪਾਂ ਇੱਕ ਸਕਿੰਟ ਤੋਂ ਪਹਿਲਾਂ ਕਰ ਲਈਦਾ ਵੀ ਇਹ ਇੱਛਾ ਹੋਣੀ ਚਾਹੀਦੀ ਹੈ। ਅਤੇ ਮਹਾਰਾਜ ਕਹਿੰਦੇ ਜੋ ਇੱਛੋ ਸੋ ਇਹ ਫਲ ਪਾਵਹੋ, ਹਰ ਬੋਲੋ ਗੁਰਮਤ ਬੈਨੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿ ਰਹੇ ਨੇ ਤੁਸੀਂ ਜਿਹੜੀ ਵੀ ਇੱਛਾ ਕਰੋਗੇ ਪੂਰੀ ਕਰਾਂਗੇ, ਖੋਲ੍ਹ ਕੇ ਅੱਖਾਂ ਇਸ ਨੂੰ ਚੀਜ਼ ਨੂੰ ਧਿਆਨ ਨਾਲ ਪੜ੍ਹੋ, ਗੁਰਮਤ ਦੀ, ਗੁਰੂ ਦੀ ਮਤ, ਗੁਰੂ ਦੀ ਦਿੱਤੀ ਮਤ ਉੱਤੇ ਤੁਰੋ, ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਬੋਲੋ, ਸਿਫਤ ਸਲਾਹ ਦੀ ਇਹ ਬਾਣੀ ਹੈ, ਇਸ ਨੂੰ ਪੜ੍ਹੋ, ਜਿਹੜੀ ਵੀ ਇੱਛਾ ਕਰੋਗੇ ਮਹਾਰਾਜ ਕਹਿੰਦੇ ਨੇ ਅਸੀਂ ਦੇਣ ਵਾਸਤੇ ਤਿਆਰ ਹਾਂ। ਇਸ ਤਰ੍ਹਾਂ ਦਾ ਦਾਅਵਾ ਕੋਈ ਨਹੀਂ ਕਰਦਾ ਹੈ। ਬੜਿਆਂ ਦੇ ਅੱਗੇ ਲੋਕ ਜਾਂਦੇ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਤੇ ਪਰਮਾਤਮਾ ਦਾ ਖੁਦ ਰੂਪ ਹੈ, ਗੁਰੂ ਪਾਰ ਬ੍ਰਹਮ ਦਾ ਰੂਪ ਹੈ। ਮਹਾਰਾਜ ਕਹਿੰਦੇ ਹਰ ਬੋਲੋ, ਹਰੀ ਦਾ ਨਾਮ, ਵਾਹਿਗੁਰੂ ਜਦੋਂ ਬੋਲੋਗੇ ਨਾ, ਯਾਦ ਕਰੋਗੇ ਵਾਹਿਗੁਰੂ, ਗੁਰੂ ਦੀ ਮਤ ਅਨੁਸਾਰ ਕਰਿਆ ਜੇ, ਹਰ ਬਹਿਣ ਹਰੀ ਦੀ ਸਿਫਤ ਸਲਾਹ ਦੇ ਨਾਲ ਤੁਸੀਂ ਉਹ ਪ੍ਰਾਪਤ ਹਾਸਲ ਕਰ ਸਕਦੇ ਹੋ। ਮਹਾਰਾਜ ਕਹਿੰਦੇ ਜਿਸ ਦੀ ਇੱਛਾ ਕਰਦੇ ਹੋਵੋਗੇ,
ਅਤੇ ਇੱਛਾ ਬਾਰੇ ਵੀ ਬੜਾ ਕੁਝ ਦੱਸਿਆ, ਇੱਛਾ ਪੁਰਖ ਸਰਬ ਸੁਖ ਦਾਤਾ ਹਰ। ਇੱਛਾ ਹੋ ਜਾਂਦੀ ਹੈ ਹਰ ਇੱਕ ਦੀ ਪੂਰੀ, ਕਿਉਂਕਿ ਭਗਵਾਨ ਸਭ ਦੀ ਇੱਛਾ ਪੂਰੀਆਂ ਕਰਦਾ ਪਰਮਾਤਮਾ ਰੱਬ ਜੀ, ਅਤੇ ਸਭ ਨੂੰ ਦੇਖਦਾ ਸੁਣਦਾ ਹੈ। ਜਿਹੜਾ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਸੁਣਦਾ ਦੇਖਦਾ, ਅਤੇ ਮਹਾਰਾਜ ਕਹਿੰਦੇ ਨੇ ਸਤਿਗੁਰ ਨੂੰ ਪਾਰ ਬ੍ਰਹਮ ਦਾ ਦਰਜਾ ਦੇ ਕੇ, ਜਿਹਦਿਨ ਗੁਰੂ ਦੀ ਮੱਤ ਲੈ ਕੇ ਉਹ ਮੰਤਰ ਵਾਹਿਗੁਰੂ ਦਾ ਜਪਾਂਗੇ, ਤਾਂ ਸਤਿਗੁਰੂ ਜੀ ਕਹਿੰਦੇ ਇੱਛਾ ਅਨੁਸਾਰ ਆਪਾਂ ਨੂੰ ਹਰ ਇੱਕ ਚੀਜ਼ ਮਿਲ ਜਾਂਦੀ ਹੈ। ਇਹ ਰਹਾਉ ਦੀ ਪੰਗਤੀ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਸਤਿਗੁਰਾਂ ਨੂੰ ਅੱਖਾਂ ਖੋਲ੍ਹ ਕੇ ਪੜ੍ਹਿਆ ਕਰੋ, ਸੁਣਿਆ ਕਰੋ। ਅੱਖਾਂ ਸਰੀਰ ਦੀਆਂ ਵੀ ਖੋਲ੍ਹਣੀਆਂ ਨੇ ਅਤੇ ਮਨ ਦੀਆਂ ਸੁਣਨ ਵਾਲੇ ਪਾਸੇ। ਜਦਕਿ ਬਾਣੀ ਪੜ੍ਹਨ ਵਾਲੇ ਸਿਆਣੇ ਪੁਰਸ਼ਾਂ ਨੇ ਦੱਸਿਆ ਹੋਇਆ ਅੱਧੀ ਅੱਧੀ ਲਾਈਨ ਪੜ੍ਹੋ ਅਤੇ ਅੱਧੀ ਲਾਈਨ ਨੂੰ ਸੁਣੋ। ਸਿਆਣੇ ਜਿਨ੍ਹਾਂ ਨੇ ਬਾਣੀ ਬੜੇ ਪਿਆਰ ਦੇ ਨਾਲ ਜਿਹੜੇ ਪੜ੍ਹਦੇ ਨੇ, ਜਿਨ੍ਹਾਂ ਨੂੰ ਨੌਲੇਜ ਹੈ ਬਾਣੀ ਬਾਰੇ, ਉਹ ਦੱਸਦੇ ਨੇ ਹੇ ਗੁਰਸਿੱਖੋ ਅੱਧੀ ਲਾਈਨ ਮਹਾਰਾਜ ਦੀ ਪੜ੍ਹੋ, ਫਿਰ ਉਹ ਅੱਧੀ ਲਾਈਨ ਪੜ੍ਹੀ ਹੋਈ ਉਹਨੂੰ ਸੁਣੋ, ਅੱਧੀ ਲਾਈਨ ਫਿਰ ਪੜ੍ਹੋ, ਅੱਧੀ ਫਿਰ ਸੁਣੋ। ਇਹ ਤਰੀਕੇ ਦੇ ਨਾਲ ਤੁਸੀਂ ਜਦੋਂ ਬਾਣੀ ਨੂੰ ਸੁਣੋਗੇ ਤੁਹਾਨੂੰ ਖੁਦ ਪਤਾ ਲੱਗੇਗਾ ਸਤਿਗੁਰੂ ਆਪਦਾ ਕੰਨਾਂ ਵਿੱਚ ਬੋਲਦੇ ਪਏ ਨੇ। ਇਹ ਤਾਂ ਸਤਿਗੁਰੂ ਜੀ ਸਾਹਮਣੇ ਬੋਲਦੇ ਪਏ ਨੇ। ਮਹਾਰਾਜ ਅਗਲੀ ਲਾਈਨ ਵਿੱਚ ਦੱਸ ਰਹੇ ਨੇ ਅਨਕ ਉਪਾਵ ਚਿੱਤ ਵੀ ਇਹ ਬਹੁ ਤੇਰੇ, ਸਾ ਹੋਵੇ ਜੇ ਬਾਤ ਹੋਵੇ ਨੀ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਗੁਰੂ ਪਰਮੇਸ਼ਰ ਦਾ ਆਸਰਾ ਪਰਨਾ ਭੁਲਾ ਕੇ ਆਪਣੀ ਭਲਾਈ ਵਾਸਤੇ, ਗੁਰੂ ਦਾ ਆਸਰਾ ਜਿਹੜਾ ਛੱਡ ਕੇ ਅਤੇ ਆਪਣੀ ਭਲਾਈ ਵਾਸਤੇ ਬਥੇਰੇ ਢੰਗ ਜੋਚਦਾ ਵਿਚਾਰਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹੇ ਮਨੁੱਖ ਵਿਚਾਰਾ, ਆਪਣੀ ਭਲਾਈ ਵਾਸਤੇ ਹਰ ਮਨੁੱਖ ਹਰ ਜਾਨਵਰ ਆਪਣੇ ਵਾਸਤੇ ਸੋਚਦਾ। ਇਹ ਇੱਕ ਅੰਦਰ ਦੀ ਗੱਲ ਹੈ, ਇਹ ਪਰਮਾਤਮਾ ਨੇ ਸਭ ਦੇ ਅੰਦਰ ਪਾਈ ਕਿ ਆਪਣੇ ਵਾਸਤੇ ਗੱਲ ਨੂੰ ਸੋਚਣਾ। ਅਤੇ ਮਹਾਰਾਜ ਕਹਿੰਦੇ ਸਾਡੇ ਗੁਰੂ ਨੇ ਦਿਮਾਗ ਵਿੱਚ ਪਾਇਆ ਹੁੰਦਾ ਉਹੀ ਹੈ ਜੋ ਭਗਵਾਨ ਚਾਹੁੰਦਾ, ਹੁੰਦਾ ਉਹੀ ਹੈ। ਸਾ ਹੋਵੇ ਜੇ ਬਾਤ ਹੋਵੇ ਨਹੀਂ, ਪ੍ਰਭੂ ਦੇ ਹੁਕਮ ਵਿੱਚ ਜਿਹੜੀ ਹੋਣੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਜੋ ਭਗਵਾਨ ਦਿਨ ਰਾਤ ਚਲਾ ਰਿਹਾ, ਰੱਬ ਜੀ ਚਲਾ ਰਹੇ ਨੇ, ਕੁਦਰਤ ਦੇਸਾ, ਕੁਦਰਤ ਸੁਣਿਆ, ਕੁਦਰਤ ਪਾਉ ਸੁਖ ਸਾਰ, ਕੁਦਰਤ ਨੂੰ ਰੱਬ ਮੰਨਿਆ, ਇਹਦੇ ਅੱਗੇ ਕੋਈ ਟਾਕਰਾ ਨਹੀਂ ਹੈ ਕਿਸੇ ਦਾ ਕੁਦਰਤ ਦੇ ਅੱਗੇ। ਅਤੇ ਮਹਾਰਾਜ ਕਹਿੰਦੇ ਐਸੇ ਕੁਦਰਤ ਨੂੰ ਉਹ ਜੋ ਕੁਝ ਕਰਦਾ ਉਹ ਆਪਣੀ ਮਰਜ਼ੀ ਨਾਲ, ਉਹ ਜ਼ਰੂਰ ਹੋਣਾ ਹੁੰਦਾ, ਜਿਹੜਾ ਹੋਣਾ ਹੁੰਦਾ ਉਹ ਹੋਣਾ ਹੁੰਦਾ, ਜੋ ਨਹੀਂ ਹੋਣਾ ਹੁੰਦਾ ਉਹ ਨਹੀਂ ਹੋਣਾ ਹੁੰਦਾ। ਅਤੇ ਮਹਾਰਾਜ ਕਹਿੰਦੇ ਨੇ ਪ੍ਰਾਣੀ ਅਨੇਕਾਂ ਉਪਰਾਲੇ ਕਰਦਾ, ਸੋਚਦਾ ਵਿਚਾਰਾ ਕਈ ਤਰੀਕੇ, ਪਰੰਤੂ ਹੁੰਦਾ ਉਹੀ ਹੈ ਜੋ ਸਤਿਗੁਰੂ ਜੀ ਕਹਿੰਦੇ ਨੇ ਹੋਣਾ ਹੁੰਦਾ ਹੈ। ਇੱਧਰ ਦੀਆਂ ਚਿੰਤਾ ਛੱਡ ਕੇ ਉਹ ਚੀਜ਼ਾਂ ਨੂੰ ਮਹਾਰਾਜ ਕਹਿੰਦੇ ਸੋਚਣਾ ਕਰੀਏ। ਆਪਣਾ ਭਲਾ ਸਭ ਕੋਈ ਬਾਛੈ, ਸੋ ਕਰੇ ਜੋ ਮੇਰਾ ਚਿਤਨਾ ਚਿਤੈ ਨੀ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ ਹਰੇਕ ਜੀਵ ਆਪਣਾ ਭਲਾ ਸੋਚਦਾ, ਪਰੰਤੂ ਉਹ ਕੰਮ ਭਗਵਾਨ ਕਰ ਦਿੰਦਾ ਜਿਹੜੇ ਆਪਣੇ ਦੇ ਤੁਹਾਡੇ ਚੇਤੇ ਵਿੱਚ ਵੀ ਨਹੀਂ ਹੁੰਦੇ। ਮਹਾਰਾਜ ਕਹਿੰਦੇ ਨੇ ਘੁੰਗਣੀਆਂ ਵੇਚਣ ਵਾਲਾ ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਇਸ ਮਹਿਲਾਂ ਦਾ ਮਾਲਕ ਬਣ ਜਾਵਾਂਗੇ, ਕਦੇ ਨਹੀਂ ਸੋਚਿਆ, ਇਹ ਗੱਲ ਸੋਚੀ ਨਹੀਂ ਸੀ ਕਿ ਸਾਰੀ ਉਮਰ ਸ਼ਾਇਦ ਘੁੰਗਣੀਆਂ ਵੇਚਦਿਆਂ ਲੰਘ ਜਾਵੇ।
ਨਾਨੀ ਬਣਾ ਕੇ ਦੇ ਦਿੰਦੀ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ, ਅਤੇ ਇਹ ਫਿਰ ਵੇਚਣ ਚਲੇ ਜਾਂਦੇ ਨੇ ਕਿੱਥੇ, ਦਰਬਾਰ ਸਾਹਿਬ ਦੇ ਸਾਹਮਣੇ। ਉੱਥੇ ਜ਼ਿਆਦਾ ਸੰਗਤ ਆਉਂਦੀ ਹੈ, ਇਸ ਗਰੀਬ ਦੀਆਂ ਘੁੰਗਣੀਆਂ ਖਰੀਦਣਗੇ, ਚਾਰ ਪੈਸੇ ਬਣਨਗੇ। ਪਰ ਇਹ ਨਹੀਂ ਪਤਾ ਸੀ ਇਹ ਜਿਹੜੀ ਇਹਦੇ ਚਿੱਤ ਦੇ ਵਿੱਚ ਗੱਲ ਨਹੀਂ, ਉਹ ਹੋਣ ਵਾਲੀ ਹੈ, ਇਹਦਾ ਮਾਲਕ ਬਣਾਉਣ ਵਾਲਾ ਹੈ, ਇਹਦਾ ਇਤਨੀ ਤਾਕਤ ਦਾ ਮਾਲਕ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਗੁਰ ਅਰਜਨ ਪ੍ਰਤੱਖ ਹਰ, ਬਾਣੀ ਵਿੱਚ ਵੀ ਲਿਖਿਆ ਕਿ ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰ ਸੀ, ਪਰ ਇਹਨਾਂ ਦੇ ਘਰਾਂ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਘਰਾਂ। ਰੱਬ ਨੇ ਸਮਝ ਲਓ ਅਵਤਾਰ ਤਾਰਿਆ, ਖੁਦ ਰੱਬ, ਖੁਦ ਗਿਆਨ, ਬਹੁਤ ਬਾਣੀ ਮਹਾਰਾਜ ਸੁਣਦੇ ਅਤੇ ਪੜ੍ਹਦੇ ਰਹਿੰਦੇ ਸਨ ਸਤਿਗੁਰੂ ਜੀ ਦਾ। ਜਦੋਂ ਇਸ ਤਰ੍ਹਾਂ ਦੀਆਂ ਬਾਤਾਂ ਸਤਿਗੁਰੂ ਜੀ ਆਪਣੇ ਗੁਰਸਿੱਖਾਂ ਨੂੰ ਸਮਝਾਉਂਦੇ ਨੇ, ਅਤੇ ਮਹਾਰਾਜ ਕਹਿੰਦੇ ਨੇ ਆਪਣਾ ਭਲਾ ਸਭ ਕੋਈ ਬੰਛ ਹੈ, ਆਪਣਾ ਭਲਾ ਤਾਂ ਸਾਰਾ ਕੁਝ ਬੰਛਦਾ, ਪਰ ਹੁੰਦਾ ਉਹੀ ਹੈ ਜੋ ਹੋਣਾ ਹੁੰਦਾ ਹੈ। ਬਹੁਤੇ ਸਤਿਗੁਰੂ ਜੀ ਕਹਿੰਦੇ ਮਨ ਕੀ ਮਤ ਤਿਆਗ ਹੋ ਹਰ ਜਨ, ਇਹਾ ਬਾਤ ਕਠੈਨੀ। ਆਪਣੀ ਮਤ ਕੋਈ ਛੱਡ ਦੇਵੇ, ਕਿਸੇ ਨੂੰ ਕਹਿ ਦਿਉ ਕਿ ਤੂੰ ਆਪਦੀ ਮਰਜ਼ੀ ਛੱਡ ਦੇ, ਆਪਦੀ ਮਰਜ਼ੀ ਛੱਡ ਕੇ ਵੇਖ। ਅਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜਦੋਂ ਭਗਵਾਨ ਦਾ ਗਿਆਨ ਲੈਣਾ ਗੁਰੂ ਦੇ ਕੋਲ, ਉੱਥੇ ਆਪਦੀ ਮਰਜ਼ੀ ਛੱਡਣੀ ਪੈਂਦੀ ਹੈ ਤਾਂ ਮਿਲਦਾ। ਬਾਹਰ ਭੈਣ ਭਰਾਵਾਂ ਰਿਸ਼ਤੇਦਾਰਾਂ ਵਿੱਚ ਮਰਜ਼ੀ ਚਲਾ ਲੈ ਕੋਈ ਬਾਤ ਨਹੀਂ, ਖੁੱਲ੍ਹੀ ਛੁੱਟੀ, ਪਰ ਜਦੋਂ ਭਗਵਾਨ ਦੀ ਮਤ ਲੈਣੀ, ਉਹਨੂੰ ਯਾਦ ਕਰਨ ਦੀ, ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਗਵਾਨ ਦਾ ਦਰਜਾ ਦੇਣ ਦੀ ਮਤ ਲੈਣੀ, ਮਹਾਰਾਜ ਕਹਿੰਦੇ ਹੈ ਤਾਂ ਬੜੀ ਔਖੀ ਆਪਣੀ ਮਤ ਛੱਡਣੀ, ਕੋਈ ਛੱਡ ਨਹੀਂ ਸਕਦਾ ਹੈ। ਮਨ ਕੀ ਮਤ ਤਿਆਗ ਹੋ, ਇਹ ਮਹਾਰਾਜ ਕਹਿੰਦੇ ਦੂਰ ਕਰਨੀ ਪੈਣੀ ਹੈ ਇਹਨੂੰ, ਇਹ ਆਪਣੇ ਚਿੱਤ ਦੀ, ਇਹਨੂੰ ਚਲਾਕੀ ਕਹਿੰਦੇ ਨੇ, ਆਪਣੀ ਜਿਹੜੀ ਮਤ ਹੈ ਨਾ ਇਹਨੂੰ ਚਲਾਕੀ ਕਹਿੰਦੇ ਨੇ, ਅਤੇ ਜਿਹੜੀ ਗੁਰੂ ਦੀ ਮਤ ਹੈ ਉਹਨੂੰ ਭਗਵਾਨ ਕਹਿੰਦੇ ਨੇ। ਆਪਣੀ ਮਤ ਜਦੋਂ ਛੱਡਦੀ ਹੈ ਭਗਵਾਨ, ਗੁਰੂ ਦੀ ਮਤ ਲੈ ਲਈਏ, ਫਿਰ ਬੰਦਾ ਦਿਨ ਰਾਤ ਵਾਹਿਗੁਰੂ ਗੁਰਮੁਖ ਰੋਮ ਰੋਮ ਹਰ ਤਿਆਵੈ। ਗੁਰੂ ਦੀ ਮਤ ਲੈਣ ਵਾਲਾ ਗੁਰੂ ਨੂੰ ਰੋਮ ਰੋਮ, ਜ਼ਬਾਨ ਉਹਦੀ ਘੱਟ ਰਹਿ ਜਾਂਦੀ, ਇੱਕ ਜ਼ਬਾਨ ਹੈ, ਗੁਰੂ ਦੇ ਅਨੇਕਾਂ ਬੋਲ ਨੇ ਸੁਣਨ ਵਾਸਤੇ। ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਕੰਨ ਵੀ ਘੱਟ ਰਹਿ ਜਾਂਦੇ ਨੇ, ਭਗਵਾਨ ਦੀ ਰੱਬ ਦੀ ਜਿਹੜੀ ਸਿਫਤ ਹੈ ਹਰ ਜਗ੍ਹਾ ਹੋ ਰਹੀ ਹੈ, ਕਿਉਂਕਿ ਹਰ ਜਗ੍ਹਾ ਹਾਜ਼ਰ ਨਾਜ਼ਰ ਹੈ, ਗੁਰੂ ਸ਼ਬਦ ਹਰ ਜਗ੍ਹਾ ਹਾਜ਼ਰ ਨਾਜ਼ਰ ਹੈ। ਪਰ ਹੈ ਤਾਂ ਬੜੀ ਔਖੀ ਆਪਣੀ ਮਤ ਨੂੰ ਤਿਆਗ ਦੇਣਾ, ਪਰ ਮਹਾਰਾਜ ਕਹਿੰਦੇ ਸ਼ਰਤ ਹੀ ਇਹੀ ਹੈ ਪਰਮਾਤਮਾ ਨੇ ਅਤੇ ਗੁਰੂ ਨੇ ਰੱਖੀ, ਆਪਣੀ ਮਤ ਤਿਆਗ ਪਹਿਲਾਂ। ਮਨ ਕੀ ਮਤ ਤਿਆਗ ਹੋ ਸੰਤ ਹੋ, ਹੇ ਸੰਤ ਬਣਨ ਵਾਲਿਓ, ਭਗਵਾਨ ਨੂੰ ਯਾਦ ਕਰਨ ਵਾਲਿਓ, ਆਪਣੇ ਦੁਖੜੇ ਦੂਰ ਕਰਨ ਵਾਲਿਓ, ਸੋਚੋ ਸਮਝੋ ਆਪਦੇ ਮਤ ਨੂੰ ਤਿਆਗ ਦੇਣਾ। ਮਹਾਰਾਜ ਕਹਿੰਦੇ ਗੁਰੂ ਦੀ ਮਤ ਲੈਣੀ, ਪਰ ਇੱਥੇ ਮਨੁੱਖ ਵਾਸਤੇ ਕੰਮ ਔਖਾ ਹੈ। ਗੁਰੂ ਜੀ ਆਪਦੀ ਮਤ ਛੱਡਣੀ ਬੜੀ ਔਖੀ ਹੈ, ਪਰ ਅੱਗੇ ਹੁਣ ਗੁਰੂ ਜੀ ਸਵਾਲ ਆਪਾਂ ਸਵਾਲ ਕੀਤਾ ਹੈ, ਆਪਣੀ ਮਤ ਛੱਡਣੀ ਔਖੀ ਹੈ, ਪਰ ਇੱਥੇ ਗੁਰੂ ਜੀ ਕਹਿੰਦੇ ਨੇ ਕੋਈ ਬਾਤ ਨਹੀਂ, ਤਾਕਤ ਹੈ ਸਭਨਾ ਗੱਲਾਂ ਸਮਰੱਥ ਸਵਾਮੀ, ਸਤਿਗੁਰੂ ਸਾਰੀਆਂ ਗੱਲਾਂ ਸਮਰੱਥ ਹੈ, ਤੇਰੇ ਤੋਂ ਆਪਣੀ ਮਤ ਨਹੀਂ ਛੱਡੀ ਜਾਂਦੀ, ਕੋਈ ਡਰ ਨਹੀਂ। ਹੁਣ ਮੇਰੀ ਮਤ ਥੋੜ੍ਹੀ ਜਿਹੀ ਸੁਣ, ਅੰਨ ਦਿਨ ਹਰ ਹਰ ਨਾਮ ਧਿਆਵਹੁ, ਦਿਨ ਅਤੇ ਰਾਤ ਵਾਹਿਗੁਰੂ ਦੇ ਮੰਤਰ ਵਿੱਚ ਖੋ ਜਾ, ਵਾਹਿਗੁਰੂ ਦੇ ਦਿਨ ਅਤੇ ਰਾਤ ਖੋ ਕੇ ਵੇਖ, ਥੋੜ੍ਹੇ ਸਮੇਂ ਵਾਸਤੇ ਮਤ ਨੂੰ ਆਪਣੀ ਨੂੰ ਵਾਹਿਗੁਰੂ ਦੇ ਮੰਤਰਾਂ ਦੇ ਵਿੱਚ ਲੈ ਜਾ। ਗੁਰ ਸਤਿਗੁਰ ਕੀ ਮਤ ਲੈਣੀ,
ਫਿਰ ਜਦੋਂ ਵਾਹਿਗੁਰੂ 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 ਬੰਦਾ ਕਰਨਾ ਥੱਕ ਜਾਏ, ਦਿਮਾਗ ਵੀ ਥੱਕ ਜਾਏ, ਫਿਰ ਬਾਣੀ ਅੱਖਾਂ ਖੋਲ੍ਹ ਕੇ ਪੜ੍ਹ, ਇਹਨੂੰ ਸੁਣ। ਇਹ ਫਿਰ ਉਹ ਮਤ ਹੋਰ ਦੇਏਗੀ ਕਿਹੜੀ, ਵਾਹਿਗੁਰੂ ਹੋਰ ਚੇਤੇ ਰਵੇ, ਵਾਹਿਗੁਰੂ ਦਿਨ ਰਾਤ ਹੋਰ ਸਤਿਗੁਰ ਕੀ ਮਤ ਲੈ ਨੀ। ਸਿੱਖ ਦਾ ਮਤਲਬ ਹੈ ਕਿਸੇ ਦੀ ਮਤ ਲੈਣੀ, ਸਿੱਖ ਦਾ ਮਤਲਬ ਹੈ ਕੋਈ ਵੀ ਸਿੱਖ ਕਿਸੇ ਨੂੰ ਚੀਜ਼ ਆਪਾਂ ਸਿੱਖੀਏ ਉਹਦੀ ਮਤ ਆਪਾਂ ਲੈ ਲੈਣੀ। ਸਿੱਖ ਮਤ ਸਭ ਬੁੱਧ ਤੁਮਾਰੀ, ਭਗਵਾਨ ਦੀ, ਰੱਬ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਮਤ ਅਤੇ ਭਗਵਾਨ ਦੀ ਮਤ ਇੱਕ ਦੱਸੀ ਗਈ ਹੈ ਕਿ ਜਿਹੋ ਜੀ ਭਗਵਾਨ ਦੀ ਸੋਚ ਹੈ ਇਹੋ ਜੀ ਸੋਚ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ। ਉਹ ਰੱਬ ਪਤਾ ਨਹੀਂ ਮਿਲੇ ਕਿ ਨਾ ਮਿਲੇ, ਪਰ ਸ਼ਾਖ ਸ਼ਾਨ ਬਾਣੀ ਰੂਪ ਇਹ ਬੋਲ ਭਗਵਾਨ ਦੇ ਆਪਣੇ ਕੋਲ ਨੇ, ਹਾਜ਼ਰ ਨਾਜ਼ਰ ਦੇ। ਮਹਾਰਾਜ ਨੇ ਦਿਨ ਰਾਤ ਵਾਹਿਗੁਰੂ ਪੜ੍ਹੋ, ਵਾਹਿਗੁਰੂ ਦਿਨ ਰਾਤ ਸਤਿਗੁਰ ਕੀ ਮਤ ਲੈਣੀ, ਇਹ ਮਤ ਲੈਂਦੇ ਰਹੋ। ਮਤ ਲੈ ਕੇ ਤੁਸੀਂ ਸਿਆਣੇ ਬਣ ਜਾਓ ਅਤੇ ਇਹ ਦਿਨ ਰਾਤ ਕੰਮ ਕਰ ਸਕਦੇ ਹੋ, ਕੋਈ ਰੋਕ ਨਹੀਂ ਇਹਦੇ ਵਿੱਚ। ਮਹਾਰਾਜ ਨੇ ਫਿਰ ਅੱਗੇ ਸੁਣਿਓ, ਮਹਾਰਾਜ ਨੇ ਮਤ ਸੁਮਤ ਤੇਰੇ ਵਸ ਸੁਵਾਮੀ, ਹਮ ਜੰਤ ਤੂੰ ਪੁਰਖ ਜਤੈਨੀ। ਮਤ ਸੁਮਤ, ਚੰਗੀ ਮਤ ਭੈੜੀ ਮਤ, ਇਹ ਰੱਬ ਦੇ ਦਿੱਤੀ ਹੋਈ ਹੈ ਕਿ ਉਹਨੇ ਕਿਸੇ ਨੂੰ ਮਤ ਦੇ ਦਿੱਤੀ। ਕਿਹੋ ਜਿਹੀ ਮਤ ਹੈ ਕਿਸੇ ਦੀ, ਇਹ ਉਹਦੇ ਵਸ ਵਿੱਚ ਹੈ। ਇਹ ਗੱਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੱਸ ਰਹੇ ਨੇ। ਪਰ ਮਹਾਰਾਜ ਕਹਿੰਦੇ ਨੇ ਤੇਰੇ ਵਸ ਸੁਆਮੀ ਜੀ, ਇਹ ਤੇਰੇ ਵਸ ਵਿੱਚ, ਚੰਗੀ ਮਤ ਕਿਸੇ ਨੂੰ ਦੇ ਦੇਣੀ, ਮਾੜੀ ਮਤ ਕਿਸੇ ਨੂੰ ਦੇ ਦੀ, ਇਹ ਤੁਹਾਡੇ ਵਸ ਵਿੱਚ। ਕਹਿੰਦੇ ਸਤਿਗੁਰ ਕੀ ਮਤ ਲੈਣੀ, ਇਹ ਸਤਿਗੁਰ ਦੇ ਵਸ ਵਿੱਚ ਕਿਸੇ ਨੂੰ ਚੰਗੀ ਮਤ ਦੇ ਦੇਣੀ ਅਤੇ ਕਿਸੇ ਨੂੰ ਮਾੜੀ ਦੇ ਦੇਣੀ, ਇਹ ਭਗਵਾਨ ਦੇ ਵਿੱਚ ਹੈ ਮਤ। ਅਤੇ ਸਤਿਗੁਰ ਜੀ ਕਹਿੰਦੇ ਨੇ ਗੁਰੂ ਦੀ ਮਤ ਭਗਵਾਨ ਦੀ ਮਤ ਹੋ ਜਾਂਦੀ ਹੈ, ਇਸ ਕਰਕੇ ਮਾੜੀ ਮਤ ਫਿਰ ਆਉਂਦੀ ਨਹੀਂ ਹੈ। ਮਤ ਸੁਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜਤੈਨੀ। ਪੁਰਖ ਕਹਿੰਦੇ ਨੇ ਸਰਬ ਵਿਆਪਕ, ਜਿਹੜਾ ਸਾਰੀ ਜਗ੍ਹਾ, ਜਿਵੇਂ ਸੂਰਜ ਸਾਰੇ ਘਰਾਂ ਦੇ ਵਿੱਚ ਰੋਸ਼ਨੀ ਦਿੰਦਾ, ਇਸ ਤਰ੍ਹਾਂ ਭਗਵਾਨ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਭ ਨੂੰ ਸੁਣਾਉਂਦੇ ਨੇ। ਕੰਨਾਂ ਦੇ ਰਾਹੀਂ ਗਿਆਨ ਲਓ, ਪਹਿਲਾਂ ਵੀ ਦੱਸੀਦਾ, ਕਥਾ ਕਰੀਦਾ ਕਿ ਭਗਵਾਨ ਰੱਬ ਮਨ ਨੂੰ ਮਿਲਦਾ, ਦਿਮਾਗ ਨੂੰ ਮਿਲਦਾ। ਪ੍ਰਭ ਜੀ ਵਸੈ ਸਾਧ ਕੇ ਰਸਨਾ, ਪ੍ਰਭੂ ਦਾ ਸਾਧੂਆਂ ਦੇ ਰਸਨਾ ਉੱਤੇ ਵਸਦਾ। ਉਹ ਜੋ ਬੋਲਣ ਉਹਨਾਂ ਦੇ ਬਚਨ ਮੰਨਣ ਯੋਗ ਹੁੰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ, ਰੱਬ ਦੇ ਬੋਲ ਮੰਨਣ ਯੋਗੇ ਨੇ। ਹੇ ਪੁਰਖਾ, ਉਹ ਬੜਾ ਸਿਆਣਾ, ਅਸੀਂ ਜੀਵ ਹਾਂ, ਜਨਤਾ, ਛੋਟੇ ਵਿਚਾਰੇ, ਇਹੋ ਜਿਹੀ ਦੀ ਮਤ ਲੈ ਕੇ ਅਸੀਂ ਉਸ ਨੂੰ ਭਗਵਾਨ ਨੂੰ ਯਾਦ ਕਰ ਸਕਦੇ ਹਾਂ? ਆਪਣੀ ਮਤ ਨਾਲ ਨਹੀਂ, ਆਪਣੀ ਮਤ ਨਾਲ ਤਾਂ ਕਾਰੋਬਾਰ ਸੰਸਾਰ ਦਾ ਕੋਈ ਵੀ ਕੰਮ ਕਰ ਸਕਦੇ ਹਾਂ, ਪੂਰਾ ਹੋ ਜਾਂਦਾ। ਪਰ ਜਦੋਂ ਭਗਵਾਨ ਦੀ ਮਤ, ਉਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੈਰੋਗਾਰ ਗੁਰੂ ਗੋਬਿੰਦ ਸਿੰਘ ਜੀ ਨੇ ਕਹਿ ਦਿੱਤਾ, ਸਭ ਸਿੱਖਣ ਕੋ ਹੁਕਮ ਹੈ, ਸਿੱਖਣ ਵਾਲਿਓ, ਭਗਵਾਨ ਨੂੰ ਰੱਬ ਨੂੰ ਪਾਉਣ ਵਾਲਿਓ, ਪਰਮਾਤਮਾ ਦੇ ਦੀਦਾਰ ਕਰਨ ਵਾਲਿਓ, ਸਭ ਸਿੱਖਣ ਕੋ ਹੁਕਮ ਹੈ, ਸਿੱਖਣ ਵਾਲਿਓ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖਣ ਵਾਲਿਓ, ਧਿਆਨ ਰੱਖਿਓ, ਗੁਰੂ ਮਾਨਿਓ ਗ੍ਰੰਥ। ਭਗਵਾਨ ਦਾ ਗਿਆਨ ਦੇਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਤ ਲਿਆ ਜੇ। ਅਤੇ ਅਗਲੀ ਲਾਈਨ, ਆਖਰੀ ਲਾਈਨ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਕੇ ਆਪਣੇ 'ਤੇ ਆਪਾਂ ਨੂੰ ਕਹਿੰਦੇ ਲੜ ਲਾਉਂਦੇ ਨੇ, ਇਹ ਆਪਾਂ ਹੁਣ ਆਖਰੀ ਲਾਈਨ ਵਿੱਚ ਸਮਝ ਕਰਨੀ ਹੈ। ਸਿੱਖਣ ਵਾਲਿਆਂ ਨੇ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉਂ ਪਾਵੈ ਤਿਵੈ ਬੁਲੈ ਨੀ।
ਧੰਨ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ, ਤੁਹਾਡਾ ਦਾਸ ਹੇ ਕਰਤਾਰ ਪ੍ਰਭੂ ਜੀ, ਜਿਵੇਂ ਤੁਹਾਨੂੰ ਚੰਗਾ ਲੱਗਦਾ ਉਵੇਂ ਸਾਨੂੰ ਤੁਸੀਂ ਬੁਲਾਉਂਦੇ ਜੇ, ਜਿਵੇਂ ਤੁਹਾਨੂੰ ਚੰਗਾ ਲੱਗਦਾ ਉਹ ਮੂੰਹ ਦੇ ਵਿੱਚੋਂ ਤੁਸੀਂ ਕਢਵਾਉਂਦੇ ਜੇ। ਹਰ ਮਨੁੱਖ ਪਰਮਾਤਮਾ ਦੀ ਮਰਜ਼ੀ ਨਾਲ ਬੋਲਦਾ, ਆਪਦੀ ਮਰਜ਼ੀ ਨਾਲ ਨਹੀਂ ਬੋਲਦਾ। ਉਹਨੂੰ ਚੰਗਾ ਲੱਗਦਾ ਤਾਂ ਬੋਲਦਾ, ਨਹੀਂ ਚੰਗਾ ਲੱਗਦਾ ਤਾਂ ਕਈ ਵਿਚਾਰੇ ਸਾਰਾ ਕੁਝ ਹੁੰਦਿਆਂ ਵੀ ਗੂੰਗਾ ਬਣ ਕੇ ਰਹਿ ਜਾਂਦੇ ਨੇ। ਗੂੰਗੇ ਜਿਭ ਵੀ ਹੈ ਪਰ ਅੰਦਰ ਆਵਾਜ਼ ਸ਼ਬਦ ਕਿਉਂ ਨਹੀਂ ਆ ਰਿਹਾ। ਪਰ ਮਹਾਰਾਜ ਨੇ ਇੱਥੇ ਇਹ ਵੀ ਗੂੰਗਿਆਂ ਦਾ ਵੀ ਇਲਾਜ ਦੱਸਿਆ, ਸੁਣੈ ਗੂੰਗ ਜੋ ਜਾਹੇ ਸੋ ਰਸਨਾ ਪਾਵੇ। ਜਿਹੜਾ ਬੋਲ ਨਹੀਂ ਸਕਦਾ, ਮਹਾਰਾਜ ਨੇ ਸ਼ਰਧਾ ਧਾਰ ਕੇ ਆਪਣੇ ਸਤਿਗੁਰਾਂ ਦੀ ਬਾਣੀ, ਅੱਖਾਂ ਦੇ ਹੈਗੀਆਂ ਨੇ, ਦਿਮਾਗ ਵੀ ਹੈ, ਪੜ੍ਹਨਾ ਅਤੇ ਦਿਮਾਗ ਵਿੱਚ ਪਾ ਕੇ ਉਹ ਬੋਲਣ ਲੱਗ ਪਏਗਾ। ਫਿਰ ਹੋਰ ਵੀ ਦੱਸਿਆ, ਮ੍ਰਿਤਕ ਕੋ ਜੀਵਾਲਨ ਹਾਰ। ਮਹਾਰਾਜ ਨੇ ਕਿੰਨੀ ਵਾਰੀ ਵੀ ਬਾਣੀ ਵਿੱਚ ਵੀ ਕਿਹਾ ਕਿ ਜਦੋਂ ਬੰਦਾ ਪੂਰਾ ਹੋ ਜਾਵੇ, ਆਤਮਾ ਨਿਕਲ ਜਾਵੇ, ਕੋਈ ਉਹਦੇ 'ਚ ਪਾ ਨਹੀਂ ਸਕਦਾ ਧਰਤੀ 'ਤੇ, ਪਰ ਜਿਹੜਾ ਕਹਿ ਰਿਹਾ ਉਹ ਪਾ ਵੀ ਸਕਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਇਹ ਕਹਿ ਰਹੇ ਨੇ ਕਿ ਰੱਬ ਦੇ ਹੁਕਮ ਅਨੁਸਾਰ ਇਹ ਚੱਲ ਰਿਹਾ, ਪਰ ਰੱਬ ਇਹ ਕੰਮ ਕਰ ਸਕਦਾ। ਅਪੁਸ਼ਟ ਬਾਤ ਅਤੇ ਭਈ ਸਿੱਧਰੀ, ਪੁੱਠੀ ਬਾਤ ਹੋਵੇ, ਰੱਬ ਅਤੇ ਭਗਵਾਨ ਅਤੇ ਗੁਰੂ ਦੇ ਵਿੱਚ ਤਾਕਤ ਹੁੰਦੀ ਹੈ। ਸਿੱਖ ਧਰਮ ਦੇ ਵਿੱਚ ਕਿੰਨੇ ਜਿਵਦੇ ਹੋਏ ਨੇ, ਬਾਬਾ ਅਟਲ ਰਾਏ ਜੀ ਨੇ ਕਿੰਨਾ ਉਸ ਬੱਚੇ ਨੂੰ ਜਿਵਦਾ ਕੀਤਾ, ਗੁਰੂਆਂ ਨੇ ਵੀ ਪਾਣੀ ਦਾ ਛਿੱਟਾ ਮਾਰ ਕੇ ਉਸ ਮੰਤਰ ਦਾ, ਵਾਹਿਗੁਰੂ ਦਾ ਮੰਤਰ ਸੁਣਾ ਕੇ ਕਈਆਂ ਨੂੰ ਜਿਵਦਾ ਕੀਤਾ। ਇਹ ਮਾਰਗ ਨੇ ਮ੍ਰਿਤਕ ਕੋ ਜੀਵਾਲਨ ਹਾਰ। ਪਰ ਆਪਾਂ ਇਹਨਾਂ ਚੱਕਰਾਂ ਵਿੱਚ ਨਹੀਂ ਪੈਣਾ ਕਿ ਕੋਈ ਜਿਵਦਾ ਹੋਵੇ ਜਾਂ ਕੋਈ ਫਲਾਣਾ ਹੋਵੇ। ਐਸੇ ਚੱਕਰਾਂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਰੋਕਦੇ ਨੇ ਕਿ ਉਹ ਸੁਆਮੀ ਦੀ ਦਰਸ਼ਨ ਕਰਨੇ ਨੇ, ਉਸ ਭਗਵਾਨ ਨੂੰ ਦੇਖਣਾ ਚਾਹੁੰਦੇ ਜੇ ਰੱਬ ਨੂੰ ਤੁਸੀਂ। ਤਾਂ ਮਹਾਰਾਜ ਨੇ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉਂ ਪਾਵੈ ਤਿਵੈ ਬੁਲੈ ਨੀ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਬੁਲਾਵੇ ਉਵੇਂ ਬੋਲੋ, ਆਪਣੇ ਸਤਿਗੁਰੂ ਨੂੰ ਅੱਖਾਂ ਨਾਲ ਖੋਲ੍ਹ ਕੇ ਪੜ੍ਹਿਆ ਕਰੋ, ਸੁਣਿਆ ਕਰੋ। ਧੰਨ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਅੰਮ੍ਰਿਤ ਵੇਲੇ ਦਾ, ਜੋ ਆਪਣੇ ਨਗਰ ਫਤਿਹਉੱਲਾਪੁਰ ਅੰਮ੍ਰਿਤ ਵੇਲੇ ਦਾ 4:30 ਵਜੇ ਦਾ ਪ੍ਰਕਾਸ਼, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਆਇਆ, ਉਹ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦਾ। ਇਹ ਚਾਰਿਆਂ ਵਾਸਤੇ, ਸਾਰਿਆਂ ਵਾਸਤੇ ਗਿਆਨ ਹੈ। ਮਹਾਰਾਜ ਕਹਿੰਦੇ ਕੋਈ ਵੀ ਲੈ ਸਕਦਾ, ਪਰਮਾਤਮਾ ਰੱਬ ਨੂੰ ਯਾਦ ਕੋਈ ਵੀ ਕਰ ਸਕਦਾ, ਕਿਉਂਕਿ ਬਾਣੀ ਵਿੱਚ ਦੱਸਿਆ ਉਸ ਦੀ ਯਾਦ ਦੁੱਖਾਂ ਨੂੰ ਭੁਲਾ ਦਿੰਦੀ ਹੈ। ਦੁੱਖ ਦੂਰ ਨਹੀਂ ਹੁੰਦੇ, ਕਿਤੇ ਆਖੋ ਵੀ ਦੁੱਖ ਦੂਰ ਹੋ ਜਾਂਦੇ ਨੇ, ਦੁੱਖ ਦੂਰ ਨਹੀਂ, ਦੁੱਖ ਭੁੱਲ ਜਾਈਦਾ ਬਸ। ਨੀਹਾਂ ਵਿੱਚ ਖੜ੍ਹੇ ਨੇ ਬੱਚੇ, ਦੁੱਖ ਭੁੱਲ ਗਏ ਨੇ। ਬੰਦ ਬੰਦ ਭਾਈ ਮਨੀ ਸਿੰਘ ਦੇ ਕੱਟੇ, ਉਹ ਦੁੱਖ ਨੂੰ ਭੁੱਲ ਹੀ ਗਏ ਨੇ। ਖੋਪਰੇ ਤਾਰੀ ਜਾ ਰਹੀ ਹੈ, ਦੁੱਖ ਨੂੰ ਭੁੱਲ ਗਏ। ਇਹ ਕਹਿੰਦੀ ਪਾਵਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ। ਉਹ ਬਹੁਤ ਬਾਣੀ ਪੜ੍ਹਦੇ ਹੋਣੇ ਨੇ ਜਿਨ੍ਹਾਂ ਨੇ ਆਪਣੇ ਦਿਮਾਗ ਦੇ ਵਿੱਚ ਪਰਮਾਤਮਾ ਦਾ ਗਿਆਨ ਪੂਰਾ ਮਤ, ਗੁਰੂ ਦੀ ਮਤ ਲੈ ਕੇ ਉਸ ਵਾਹਿਗੁਰੂ ਨੂੰ ਚੇਤੇ ਕਰਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਆਪਾਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਇਹਨਾਂ ਦੀ ਬਾਣੀ ਸਿੱਖੀਏ ਅਤੇ ਸਿਖਾਈਏ। ਵੱਧ ਤੋਂ ਵੱਧ ਸਿੱਖੋ ਅਤੇ ਸਿਖਾਓ। ਜਿਹੜਾ ਵੀ ਪਿਆਰ ਸ਼ਰਧਾ ਨਾਲ ਸਿੱਖਣਾ ਚਾਹੁੰਦਾ ਉਹਨੂੰ ਸਿਖਾ ਦਿਉ, ਕਿਉਂਕਿ ਕੋਈ ਵੀ ਸਿੱਖ ਲਵੇ, ਸਿੱਖ ਦਾ ਮਤਲਬ ਹੁੰਦਾ ਸਿੱਖ ਲੈ, ਸਿੱਖੀ ਹੋਈ ਚੀਜ਼ ਕਿਧਰੇ ਕੰਮ ਆ ਜਾਂਦੀ ਹੈ। ਜਦੋਂ ਪੀੜਾ ਹੋਵੇ ਬੰਦਾ ਵਾਹਿਗੁਰੂ ਕਰ ਲਵੇ, ਸਾਰੀ ਪੀੜਾ ਦੂਰ, ਸੌਖਾ ਕੰਮ, ਇੱਕ ਤ੍ਰਿਕ ਸਕਿੰਟ ਦਾ ਕੰਮ। ਮਹਾਰਾਜ ਕਹਿੰਦੇ ਇੱਕ ਸਕਿੰਟ ਤੋਂ ਪਹਿਲਾਂ ਦੁੱਖਾਂ ਦਾ ਨਾਸ ਹੋ ਜਾਂਦਾ। ਭਗਵਾਨ ਨੂੰ ਯਾਦ ਕੀਤੇ ਹਾਂ ਅਤੇ ਭਗਵਾਨ ਦਾ ਨਾਮ ਧੰਨ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਰੱਖਿਆ, ਅਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਦੇ ਨਾਲ ਸਾਡਾ ਪਿਆਰ ਬਣ ਜਾਵੇ, ਬਾਣੀ ਨਾਲ ਸਾਡਾ ਪਿਆਰ ਬਣ ਜਾਵੇ,
ਪਹਿਲਾਂ ਵੀ ਦੱਸੀਆਂ ਨੇ, ਹੁਕਮਨਾਮੇ ਵਿੱਚ ਦੱਸੀਦਾ ਕਿ ਸਿਆਣੇ ਪੁਰਸ਼ ਕਹਿੰਦੇ ਨੇ ਪਰਮਾਤਮਾ ਦੀ ਯਾਦ ਕਰਨ ਵਾਲੇ, ਪਰਮਾਤਮਾ ਨੂੰ ਗੁਰੂ ਨੂੰ ਮੰਨਣ ਵਾਲੇ, ਨਾਮ ਬਾਣੀ ਸੇਵਾ, ਇਹ ਤਿੰਨ ਚੀਜ਼ਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਚਾਹੁੰਦੇ ਨੇ। ਜਿਸ ਨੇ ਉਸ ਭਗਵਾਨ ਦੇ, ਪਰਮਾਤਮਾ ਦੇ, ਗੁਰੂ ਦੇ, ਆਪਣੇ ਗੁਰੂ ਦੇ ਦੀਦਾਰ ਕਰਨੇ ਨੇ, ਗੁਰੂ ਦਾ ਗਿਆਨ ਲੈਣਾ, ਗੁਰੂ ਦਾ ਦੀਦਾਰ ਕਰਨਾ ਹੁੰਦਾ। ਮਹਾਰਾਜ ਨੇ ਜਿਹਨੇ ਗੁਰੂ ਦਾ ਗਿਆਨ ਲੈਣਾ, ਇਹ ਤਿੰਨੇ ਚੀਜ਼ਾਂ ਪੱਕੀਆਂ ਕਰਕੇ ਆਪਣੇ ਦਿਮਾਗ ਵਿੱਚ ਬਿਠਾ ਕੇ ਰੱਖੋ, ਕਿਉਂਕਿ ਸਤਿਗੁਰੂ ਸਭਨਾ ਦਾ ਭਲਾ ਮਨਾਵਦਾ, ਦਿਸਦਾ ਬੁਰਾ ਕਿਉਂ ਹੋਏ। ਸਤਿਗੁਰ ਦਾ ਗਿਆਨ ਸਾਰਿਆਂ ਦਾ ਭਲਾ ਹੀ ਚਾਹੁੰਦੇ ਨੇ, ਇਸੇ ਕਰਕੇ ਬੁਰਾ ਕਿਸੇ ਨਾਲ ਨਾ ਹੁੰਦਾ, ਫਿਰ ਨਾ ਹੋਣ ਦਿੰਦੇ ਨੇ। ਮਹਾਰਾਜ ਨੇ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਬਿੰਦ ਜਨ ਨਾਨਕ ਆਪੇ ਆਪ ਸਭ ਵਰਤੈ ਜਿਉਂ ਰੱਖੈ ਤਿਵੇਂ ਰਹਿਣ ਦੇ। ਅਸੀਂ ਤਾਂ ਮਨੁੱਖ ਹਾਂ, ਉਹ ਆਪੇ ਸਾਰਾ ਕੁਝ ਜਿਵੇਂ ਕਰਦਾ ਉਹਨੂੰ ਕਰਨ ਦਿਓ। ਮਹਾਰਾਜ ਨੇ ਉਹਦੇ ਕੁਦਰਤ ਦੇ ਹੁਕਮ ਦੇ ਅੱਗੇ ਕੋਈ ਆਪਾਂ ਕੁਝ ਨਹੀਂ ਕਰ ਸਕਦੇ, ਇਸੇ ਕਰਕੇ ਆਪਣੇ ਗੁਰੂ ਨੂੰ ਤਾਂ ਗੁਰੂ ਦਾ ਹੁਕਮ ਹੈ ਜਪ ਮਨ ਸਤਨਾਮ ਸਦਾ ਸਤਨਾਮ, ਸਤਨਾਮ ਦਾ ਵਾਹਿਗੁਰੂ ਦਾ ਨਾਮ ਸਦਾ ਹੀ ਆਪਣੇ ਗੁਰੂ ਦਾ ਨਾਮ ਜਪੀ ਜਾਈ ਭਾਈ, ਫਿਰ ਜਾ ਕੇ ਤੇਰਾ ਸੰਸਾਰ ਵਿੱਚ ਭਲਾ ਹੋ ਜਾਏਗਾ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਇਹ ਗਿਆਨ ਜਿਹੜਾ ਸਾਡਾ ਇਹ ਸਭ ਨੂੰ ਮਿਲਣਾ ਚਾਹੀਦਾ, ਸਾਰਿਆਂ ਦੀ ਝੋਲੀ ਵਿੱਚ ਪਵੇ। ਇਸੇ ਕਰਕੇ ਆਖਰੀ ਜਦੋਂ ਅਰਦਾਸਾਂ ਆਪਾਂ ਕਰੀਦਾ ਸਿੱਖ ਧਰਮ ਦੇ ਵਿੱਚ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਸਾਧ ਸੰਗਤ ਜੀ, ਇੰਨੀ ਸੇਵਾ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।